हॉस्पिटल बंदा छोटी मोटी बीमारी ठमारी लिए आ जाए, सर्दी जुकाम की सीरियस मैटर से ना आए, रब दूर ही रखे ना चीज़ा। मैं ही ता करता मेरा पूरा मूँह ना आए क्योंकि अद्धा ही बहुत बड़ा जो तो मैं कैमरा फड़ लैंदा मेरा मूँह बड़ा होगा। आप कर देने एक बार क्या की लौट गई हुई एस्टर हॉस्पिटल दे विच ये सारे डॉक्टर अवेलेबल ने। हाँ कोई दसना चाहेगा जीते मैं कैमरा मारे हूँ यार यूनिक आइडिया है बढ़िया नाले पार्किंग दी पार्किंग होगी शेडेड ते सोलर पैनल दा मतलब बिजली दा बिजली सिस्टम होगा ये सोलर पैनल है जेड़ा तुझे देख रहे हो सोलर पैनल आ ते पार्किंग भी कवर हो गई कैंट आइडिया यार मैंने पूरे हॉस्पिटल दी बिजली फ्री कर लेनी है यार जवाक आप छड़ते हॉस्पिटल च ਔਲ ਓਕੇ ਆ ਨੋਰਮਲ ਫਲੂ ਹੋਇਆ ਵਾਇਰਲ ਹੈ ਨਾ ਅਤੇ ਉਹਦੀ ਮੈਡੀਸਨ ਲੈ ਲਈ ਆ ਜਵਾਕਾਂ ਦੀ ਅਤੇ ਹੁਣ ਅਸੀਂ ਆਏ ਆਪਦੀ ਇਹ ਤਾਂ ਚੱਲ ਇਹ ਤਾਂ ਹੁਣ ਸਾਫ਼ ਸੁਥਰਾ ਬੰਦਾ ਆਪਾਂ ਵਿਗੜੇ ਹੋਏ ਪੁਰਾਣੀ ਆ ਅਤੇ ਅਸੀਂ ਆਏ ਹਾਂ ਇੱਥੇ ਅਜਮਾਨ ਬੈਠੇ ਸੀ ਇਸ ਵਕਤ ਗੱਡੀ ਪਾਰਕਿੰਗ ਹੁਣ ਜਾ ਕੇ ਅਸੀਂ ਅੰਦਰ ਆਪਦਾ ਸੌਦਾ ਪੱਤਾ ਲਵਾਂਗੇ ਠੀਕ ਆ ਅਤੇ ਯਾਰ ਬੰਦਿਆਂ ਨੂੰ ਤਾਂ ਜ਼ਿਆਦਾ ਬੁੜੀਆਂ ਨੇ ਬੰਦਾ ਮੁੜੀਆਂ ਵੀ ਜਾ ਮੈਨ ਪਿੱਛੇ ਨਹੀਂ ਹਟਦੀਆਂ ਉਹ ਵੀ ਮੈਨੂੰ ਤਾਂ ਨੀਟ ਹੀ ਖਿੱਚਣੀ ਹੋਣੀ ਆ ਅਤੇ ਸੌਦਾ ਪਾਣੀ ਲਾਈ ਅੰਦਰ ਜਾ ਕੇ ਅਸੀਂ ਹਾਂ ਆਪਾਂ ਫਿਰ ਮਿਲਦੇ ਹਾਂ ਆ ਕੇ ਤੁਹਾਨੂੰ ਠੀਕ ਆ ਕੋਈ ਹੋਰ ਗੱਲਬਾਤ ਬਸ ਅੰਦਰ ਤਾਂ ਬੰਦ ਜਦੋਂ ਅਸੀਂ ਕੈਮਰਾ ਆਪਾਂ ਨੂੰ ਹਾਂ ਅੰਦਰ ਤਾਂ ਅਲਾਊਡ ਅਲਾਊਡ ਹਾਂ ਸਿਕਿਉਰਿਟੀ ਗਾਰਡ ਫੜ ਲੈਂਦੇ ਆ ਕੈਮਰਾ ਨੋਟ ਅਲਾਊਡ ਬਾਬਾਸ ਬਾਏ 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 ਉਹ ਵੀ ਮਿੱਤਰ ਪਿਆਰੋ ਤੁਹਾਡਾ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਅਗੇਨ ਅਤੇ ਹੌਲੀ ਹੌਲੀ ਅਤੇ ਪ੍ਰੋਗਰਾਮ ਅਸੀਂ ਕਸ਼ਮਕਸ਼ ਦੇ ਵਿੱਚ ਪਏ ਹਾਂ ਕਿ ਅਸੀਂ ਹੁਣ ਮਤਲਬ ਸਾਡੇ ਕੋਲ ਦੋ ਪਲਾਨ ਆ ਇੱਕ ਤਾਂ ਘਰੇ ਜਾ ਕੇ ਆਪਦਾ ਵੀਕਐਂਡ ਇੰਜੋਏ ਕਰੀਏ ਇੱਕ ਅਸੀਂ ਬਾਹਰ ਜਾ ਕੇ ਆਪਦਾ ਵੀਕਐਂਡ ਇੰਜੋਏ ਕਰੀਏ ਜਵਾਕ ਛੋਟਾ ਉਹ ਜ਼ਾਕੀ ਉਹ ਜਿੱਥੇ ਵੀ ਜਾਈਏ ਉਹਨੂੰ ਲੈ ਕੇ ਉਹ ਸਾਰਾ ਸਪੋਇਲ ਕਰ ਦਿੰਦਾ ਸਾਰਾ ਵੇਸਟ ਕਰ ਦਿੰਦਾ ਸਾਰੇ ਪ੍ਰੋਗਰਾਮ ਨੂੰ ਉਹ ਕੁਛ ਵੀ ਰੋਣ ਲੱਗ ਜਾਂਦਾ ਕੁਛ ਵੀ ਕਰਨ ਲੱਗ ਜਾਂਦਾ ਇਸ ਤੋਂ ਅੰਦਰ ਵੀ ਚੰਗਾ ਕਿ ਉਹ ਘਰ ਗਿਆ ਤਾਂ ਠੀਕ ਆ ਬਾਹਰ ਜਾਣ ਦਾ ਪ੍ਰੋਗਰਾਮ ਸਾਡਾ ਇਹ ਆ ਅਸੀਂ ਫਿਲਮ ਦੇਖੀਏ ਜਵਾਨ ਮੂਵੀ ਕਿਉਂ ਹੁਣ ਮੈਂ ਇਹਨੂੰ ਕਿਹਾ ਵੀ ਤੂੰ ਦੱਸ ਅਗਰ ਤੂੰ ਜਾਣਾ ਜਾਂ ਮੈਂ ਆਪਾਂ ਤਾਂ ਨਾ ਕਰਵਾਂਗੇ ਵੀ ਤੂੰ ਮਤਲਬ ਦੱਸ ਜਾਂ ਆਪਾਂ ਘਰੇ ਚੱਲੀਏ ਜਾਂ ਆਪਾਂ ਸਿਨੇਮਾ ਹਾਲ ਚੱਲੀਏ ਫਿਲਮ ਦੇਖਣ ਫਿਲਮ ਅਤੇ ਫਿਰ ਇਹ ਜਦੋਂ ਕੋਈ ਡਿਸੀਜਨ ਸਾਡੇ ਹੱਥ ਲੱਗਦਾ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਅਸੀਂ ਅਪਡੇਟ ਕਰਦੇ ਇੰਨੀ ਅਪਡੇਟ ਆਪਦੇ ਮੈਨੇਜਰਾਂ ਨੂੰ ਨਹੀਂ ਕਰਦੇ ਜਿੰਨੀ ਤੁਹਾਨੂੰ ਕਰਦੇ ਆ ਚਲੋ ਸਾਥ ਦੇਣਗੇ ਦੇਣਗੇ ਹੌਲੀ ਹੌਲੀ ਦੇਣਗੇ ਓਕੇ ਬਮਾਸ ਟ੍ਰੈਫਿਕ ਪੈਟਰੋਲ ਪੰਪ ਉੱਧਰ ਤਾਂ ਫ੍ਰੀ ਹੈ ਲੇਕਿਨ ਇਹ ਐਗਜ਼ਿਟ ਕਰਕੇ ਥੋੜ੍ਹਾ ਬਿਜ਼ੀ ਆ ਆਪਾਂ ਐਗਜ਼ਿਟ ਲੈਣਾ ਦੁਬਈ ਨੂੰ ਡਿਸੀਜਨ ਸਾਡਾ ਆ ਗਿਆ ਅਸੀਂ ਪੂਰੀ ਮਤਲਬ ਜਦੋ ਜਹਿਦ ਤੋਂ ਬਾਅਦ ਪੂਰੀ ਡਿਸਕਸ਼ਨ ਕਰਨ ਤੋਂ ਬਾਅਦ ਅਸੀਂ ਇਹ ਸੋਚਿਆ ਵੀ ਸਾਨੂੰ ਮੂਵੀ ਦੇਖਣ ਨੂੰ ਬਹੁਤ ਟਾਈਮ ਹੋ ਗਿਆ ਅਤੇ ਸਾਲ ਹੋ ਗਏ ਸਾਲ ਸਾਲਾਂ ਦੇ ਹਿਸਾਬ ਨਾਲ ਅਤੇ
ਯਾਦ ਵੀ ਨਹੀਂ ਕਿਹੜੀ ਫਿਲਮ ਲਾਸਟ ਦੇਖੀ ਸੀਗੀ। ਹੁਣ ਫਿਰ ਸੋਚਿਆ ਵੀ ਚਲੋ ਮੂਵੀ ਵੀ ਅੱਛੀ ਹੈ ਵਧੀਆ ਜਾ ਕੇ ਦੇਖ ਆਉਂਦੇ ਹਾਂ, ਟਾਈਮ ਵੀ ਹੈਗਾ, ਛੁੱਟੀ ਆ, ਰਾਤ ਨੂੰ ਵਿਹਲੇ ਹਾਂ, ਅੱਜ ਕੋਈ ਡਿਊਟੀ ਨਹੀਂ ਹੈਗੀ। ਅਤੇ ਹੁਣ ਆ ਗਏ ਅਸੀਂ ਮਰਦੀਪ ਸੈਂਟਰ, ਉੱਥੇ ਜਾਂਦੇ ਹਾਂ। ਹਾਂ, ਅਗਰ ਟਿਕਟ ਮਿਲ ਗਈ ਫਿਰ ਮੂਵੀ ਪੱਕੀ, ਜੇ ਟਿਕਟ ਨਾ ਮਿਲੀ ਫਿਰ ਆਪਾਂ ਘਰ ਜਾ ਕੇ ਆਪਦਾ ਉਹੀ ਪਾਰਟੀ ਕਰ ਲਵਾਂਗੇ। ਨਹੀਂ ਨਹੀਂ, ਹੁਣ ਆਨ ਦਾ ਸਪੋਟ ਮਿਲ ਗਈ, ਮਿਲ ਗਈ ਖਤਮ। ਉਹ ਅੱਧਾ ਘੰਟਾ ਵੇਟ ਕਰ ਸਕਦੇ ਹਾਂ, ਕਿਉਂ ਸਰੀ ਕਿ ਚੱਲ ਯਾਰ ਠੀਕ ਹੈ, ਅੱਧੇ ਘੰਟੇ ਬਾਅਦ ਸ਼ੋਅ ਆ, ਦੇਖਦੇ ਹਾਂ। ਚਲੋ ਜੀ ਮਿਲਦੇ ਹਾਂ ਬਾਬਾਸ। ਲਓ ਜੀ, ਮਰਦੀਪ ਸਿਟੀ ਸੈਂਟਰ ਆ ਗਏ ਹਾਂ ਅਸੀਂ। ਸੋਰੀ ਫੋਰ ਬੈਡ ਸਕਰੀਨ, ਸ਼ੀਸ਼ੇ 'ਤੇ ਪਾਣੀ ਨਹੀਂ ਮਾਰਿਆ ਹੋਇਆ। ਗੇਟ ਯਾਦ ਰੱਖਣਾ ਜ਼ਰੂਰੀ ਆ ਆਪਾਂ ਨੂੰ, ਐਂਟਰੈਂਸ ਡੀ, ਠੀਕ ਆ, ਅਸੀਂ ਲੈਵਲ 1 ਠੀਕ ਯਾਰ। ਪਾਰਕਿੰਗ ਬੜੀ ਈਜ਼ੀ ਮਿਲ ਗਈ ਸਾਨੂੰ, ਕਿਸ਼ਮਿਸ਼ ਹੈ ਇਹ, ਕਿਸ਼ਮਿਸ਼ ਹੈ ਸਾਰਿਆਂ ਦੀ, ਇਹ ਇੱਕ ਕਿਸਮਤ ਆ। ਚਲੀ ਯਾਰ, ਚੱਲ ਫਿਰ ਬਾਈ, ਚਲੋ ਜੀ ਮਿਲਦੇ ਹਾਂ ਫਿਰ ਅੰਦਰ ਬੋਕਸ ਸਿਨੇਮਾ ਦੇ ਅੰਦਰ, ਦੇਖਦੇ ਹਾਂ ਟਿਕਟ ਮਿਲਦੀ ਹੈ ਨਹੀਂ ਮਿਲਦੀ, ਸ਼ੋਅ ਮਿਲਦਾ ਜਾਂ ਨਹੀਂ ਮਿਲਦਾ। ਇੱਥੇ ਉਹ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਬਾਈ, ਇੱਥੇ ਨਾ ਥੀਏਟਰ ਜਿਹੜੇ ਆ ਵੱਡੇ ਆ, ਇੱਕ ਤਾਂ ਇੱਕ ਸਾਡੇ ਇੱਕ ਵਾਰੀ ਅਸੀਂ ਚਲੇ ਗਏ ਸੀ, ਉਹ ਛੋਟੇ ਥੀਏਟਰ ਆ ਨਿੱਕੇ ਜੇ, ਮੂਹਰੇ ਸਕਰੀਨ ਲਾ ਕੇ 15-20 ਕੁਰਸੀਆਂ ਲਾਈਆਂ ਹੁੰਦੀਆਂ ਉਹਨਾਂ ਨੇ, ਬਹੁਤ ਫੁੱਦੂ ਜਿਹਾ ਸੀਗਾ ਉਹ, ਨਹੀਂ ਆਉਣਾ ਵੱਡੇ ਥੀਏਟਰ ਦੀਆਂ। ਚਲੀਏ ਆਉਣਾ ਮਾਲੂਮ, ਆਉਣਾ ਮਾਲੂਮ ਜਦੀਦ ਸਿਨੇਮਾ। ਉਹ ਵੀ ਸਾਥੀਓ, ਆਪਾਂ ਆ ਗਏ ਹਾਂ ਮਰਦੀਪ ਸੈਂਟਰ, ਅਤੇ ਹੁਣ ਜਾਵਾਂਗੇ ਸਿੱਧਾ ਬੋਕਸ ਸਿਨੇਮਾ, ਟਿਕਟ ਟਿਕਟ ਮਿਲ ਗਈ ਤਾਂ ਲੈ ਲਵਾਂਗੇ, ਠੀਕ ਆ। ਨਹੀਂ ਤਾਂ ਫਿਰ ਘਰਾਂ ਨੂੰ, ਨਹੀਂ ਤਾਂ ਫਿਰ ਘਰਾਂ ਨੂੰ ਪਾਰਟੀ, ਇੰਤਜ਼ਾਮ ਤਾਂ ਕੀਤਾ ਗੱਡੀ ਦੇ ਵਿੱਚ। ਬਾਬਾਸ, ਅਸੀਂ ਅੱਜ ਬਹੁਤ ਖੁਸ਼ ਹਾਂ, ਜਵਾਕਾਂ ਨੂੰ ਨਾਲ ਨਹੀਂ ਲੈ ਗਏ, ਅਸੀਂ ਰਿਲੈਕਸ ਹੋ ਕੇ ਖੜ੍ਹੇ ਹਾਂ, ਕਿਉਂ ਨਹੀਂ ਤਾਂ ਰੌਲਾ ਰੱਪਾ ਹੁੰਦੇ, ਲੇਕਿਨ ਜਦੋਂ ਸਾਡਾ ਵਲੌਗ ਦੇਖਣਗੇ ਸਾਨੂੰ ਤਾਂ ਸਾਡੇ ਛਿੱਤਰ ਹੀ ਆ ਪੂਰੇ, ਕਲੇਸ਼ ਹੀ ਆ ਘਰ। ਚੰਗਾ ਬਾਬਾਸ, ਸੀਟਾਂ 3 ਵਜੀਆਂ ਅਲੱਗ ਅਲੱਗ, ਉਹ ਵੀ ਸਾਰੇ ਸ਼ੋਅ ਫੁੱਲ ਜਾ ਰਹੇ ਨੇ ਬਾਈ ਜੀ, ਅਤੇ ਹੁਣ ਆਪਾਂ ਕਰੀਏ ਕਿ ਟਿਕਟ ਤਾਂ ਹੈ ਨਹੀਂ, ਇਹਦੇ ਘਰ ਹੀ ਜਾਣਾ ਪੈਣਾ ਫਿਰ। ਚੱਲ ਅਗਰ ਆਪਾਂ ਦੇਖੀਏ 12 ਵਜੇ ਆਉਣਾ, 135 ਇਹ 'ਚ ਮਿਲ ਜਾਣਗੇ। ਹੁਣ 12 ਵਜੇ ਕੌਣ ਬੈਠੂਗਾ, ਹਾਂ 10 ਵਜੇ ਨੂੰ 12 ਵਜੇ ਤੱਕ ਕੌਣ ਬੈਠੂ, ਪਲੈਨ ਕਰਦੇ ਹਾਂ, ਸੋਚੀ ਫਿਰ ਕਰੀਏ ਪਲਾਨ ਲੈਟਰ ਲੈ। ਟਿਕਟ ਮਹਿੰਗੀ ਵਾਲੀ ਲੈਣੀ, ਹਾਂ ਚੈੱਕਆਊਟ ਬਣੂਗਾ, ਗਾਹ ਲੈਂਡ 'ਤੇ ਆ ਗਈ ਪੈਸਿਆਂ 'ਤੇ, ਲੈਂਡ ਇੱਥੇ ਹੀ ਹੁੰਦਾ, ਕਿਆ ਕਮਾਲ ਐਂਟਰ, ਹਾਂ ਓਕੇ ਯੈਸ ਯੈਸ। ਕਿੰਨੇ ਵਜੇ ਆ ਬ੍ਰਦਰ, ਵੀ ਗੋਟ ਇਟ, ਚਲ 10:30 ਆ। We'll be right back.
ਲੋ ਵੀ ਮਿੱਤਰੋ ਮਾਹੌਲ ਤੁਹਾਨੂੰ ਆਪਾਂ ਦਿਖਾ ਦਈਏ, ਦਿਖਾਤਾ ਮਤਲਬ ਜਿੰਨਾ ਕੁ ਦਿਖਾਉਣਾ ਚਾਹੀਦਾ ਸੀ, ਅਤੇ ਟਿਕਟਾਂ ਬੁੱਕ ਕਰ ਲਈਆਂ। ਮੀਤਾਂ ਮੀਤਾਂ ਨੂੰ ਮਰਾਦਾਂ, ਪਹਿਲਾਂ ਤੁਸੀਂ ਇੱਕ ਹੀ ਥੀਏਟਰ ਦੇਖੀ ਜਾਂਦੇ ਸੀ, ਉਹ 'ਚ 3 ਕੁ ਸੀਟਾਂ ਬਚੀਆਂ ਸੀ, ਕੋਈ ਅੱਗੇ ਕੋਈ ਪਿੱਛੇ। ਹਾਂ, ਅਸੀਂ ਤਾਂ ਮੋਰਨਿੰਗ ਲੱਗੇ ਸੀ 12 ਵਜੇ ਤਾਂ ਕਹਿੰਦੇ ਸੀ, ਅਤੇ ਦੂਜਾ ਸਿਨੇਮਾ ਦੇਖਿਆ ਉਹਦੇ ਵਿੱਚ ਸਾਨੂੰ ਮਿਲ ਗਈ। ਮਿਲ ਗਈਆਂ ਟਿਕਟਾਂ, ਹੁਣ ਅਸੀਂ ਬੈਠੇ ਹਾਂ, ਵੇਟ ਕਰਦੇ ਹਾਂ ਕਦੋਂ ਦਾ ਸ਼ੋਅ, ਕਿੰਨਾ ਟਾਈਮ ਹੋ ਗਿਆ ਆਪਣਾ ਸਾਨੂੰ? ਸਾਢੇ 10 ਹੁਣ, ਕਿੰਨਾ ਟਾਈਮ ਰਹਿ ਗਿਆ? ਸਾਢੇ 10 अज दी अपडेट ते अज दा व्लॉग मतलब आही सी, बाद च वी आपां जाणा फिर उदो वी दसांगे, 12-1 बजे निकलांगे इत्थों ते घरे पहुंचणा। ਇਹ ਤਾਂ ਸੌਂਗਾ, ਮੈਂ ਤਾਂ ਜਾਗੂੰਗਾ। ਹਾਂ, ਜਿਹਨੇ ਨਮਾਜ਼ ਪੜ੍ਹਨੀ ਆ ਇੱਥੇ। ਚਲੋ ਮਿੱਤਰੋ, ਮਿਲਦੇ ਹਾਂ। ਫਿਲਮ ਦਾ ਰਿਵਿਊ ਤਾਂ ਦੱਸਣ ਦੀ ਲੋੜ ਨਹੀਂ ਹੈਗੀ, ਅਸੀਂ ਵੇਸਟ ਨਹੀਂ ਕਰਦੇ ਫੁੱਦੂ ਫਿਲਮਾਂ 'ਤੇ ਕਦੇ ਵੀ। ਪਹਿਲਾਂ ਰਿਵਿਊ ਸੁਣ ਲਈਦੇ ਆ, ਉਹਦੀ ਮਤਲਬ ਅਪਰੋਚ ਅਪਰੋਚ ਦੇਖ ਲਈਦੇ ਵੀ ਉਹ ਕਿੱਦਾਂ ਦੀ ਆ, ਫਿਰ ਆਪਾਂ ਆਉਂਦੇ ਹੁੰਦੇ ਹਾਂ, ਹੈ ਨਾ। ਇਹ ਹਿੱਟ ਜਾ ਰਹੀ ਆ ਔਰ ਆਪਾਂ ਇਹਦੇ ਫੈਨ ਆ, ਬੰਦੇ ਦੇ ਰੀਸੈਂਟਲੀ ਨਵੇਂ ਨਵੇਂ ਫੈਨ ਹੋਏ ਸੀ ਇਹਦੇ। ਪਹਿਲਾਂ ਨਹੀਂ, ਪਹਿਲਾਂ ਐਂ ਲੱਗਦਾ ਵੀ ਉਹ ਕਰਕੇ ਜੇ ਕਰਦਾ ਵੀ ਇਹੀ ਕਰੀ ਜਾਂਦਾ, ਲੇਕਿਨ ਜਦੋਂ ਇਹਨੇ ਫਿਰ ਦਾ ਪੁੱਤ ਕੱਢਿਆ ਨਾ ਵਿੱਚੋਂ ਜੰਜਾਲ ਦੇ, ਉਦੋਂ ਫਿਰ ਮਰਦ ਦਾ ਮਤਲਬ ਮਰਦ ਬੰਦਾ ਉਦੋਂ ਸਾਨੂੰ ਲੱਗਿਆ ਵੀ ਠੀਕ ਆ ਬੰਦਾ, ਹੈ ਨਾ। ਸਲਮਾਨ ਖਾਨ, ਸ਼ਾਹਰੁਖ ਖਾਨ, ਬਸ ਲੈ ਵੀ ਰਾਤ ਦੇ ਬੱਜ ਗਏ 2, ਫਿਲਮ ਹੋ ਗਈ ਖਤਮ ਤੇ ਪੂਰੀ ਪਾਰਕਿੰਗ ਖਾਲੀ। ਆਪਾਂ ਵਿੱਚ ਬੈਠੀਏ, ਲੈ ਵੀ ਸਿਨੇਮਾ ਫਿਲਮ ਬਾਰੇ ਦੱਸ ਕੀ ਖਿਆਲ ਆ ਆਪਣੇ ਤੇਰੇ? ਫਿਲਮ ਯਾਰਾ ਜਮਾ ਹੀ ਆ, ਜਿਹਨੇ ਨਹੀਂ ਦੇਖੀ ਉਹ ਥੀਏਟਰ 'ਚ ਆ ਕੇ ਦੇਖਣੀ ਚਾਹੀਦੀ ਆ। ਵਾਕਈ ਸਹੀ ਗੱਲ, ਜਮਾ ਹੀ ਹੱਥ, ਜਮਾ ਹੀ ਹੱਥ। ਮਤਲਬ ਇਹ ਪਹਿਲੀ ਫਿਲਮ ਆਪਾਂ ਰੈਕਮੈਂਡ ਕਰਦਾ ਵੀ ਇਹ ਨਾ ਡਾਊਨਲੋਡ ਕਰਕੇ ਨਾ ਦੇਖਿਓ, 2 ਨੰਬਰ ਮਜ਼ਾ ਇੱਥੇ ਹੀ ਆਉਂਦਾ ਥੀਏਟਰ ਦੇ ਵਿੱਚ ਦੇਖ ਕੇ। ਤਾਂ ਆਏ ਸੀ ਸਾਰੇ ਇਹੀ ਕਹਿੰਦੇ ਵੀ ਵਧੀਆ ਮੈਸੇਜ, ਵਧੀਆ ਮੈਸੇਜ ਮਿਲ ਰਿਹਾ ਇਹਦੇ ਵਿੱਚ 3-4 ਹਨ। ਸੀ ਕਿ ਜਿਹੜੇ ਠੋਕਿਆ ਯਾਰ ਇੰਡੀਅਨ ਗਵਰਨਮੈਂਟ ਨੂੰ ਠੋਕਿਆ। ਹਾਂ, ਪੂਰਾ ਫੁੱਲ ਵਧੀਆ ਐਨ ਤਰੀਕੇ ਨਾਲ, ਸਿਰਫ ਇੱਕ ਨਾਮ ਨਹੀਂ ਲਏ ਹੋਏ। ਹਾਂ, ਜਿਹੜੇ ਜਿਹੜੇ ਚੀਜ਼ਾਂ ਹੋਈਆਂ, ਟੌਪਿਕ ਹੋਏ ਆ, ਉਹ ਦਿਖਾ ਕੇ ਠੋਕੀ ਹੋਈ ਗੱਲ। ਹਾਂ, ਸਹੀ ਗੱਲ, ਸਹੀ ਗੱਲ। ਇਹ ਵੀ ਦਲੇਰੀ ਚਾਹੀਦੀ ਆ ਬਾਈ ਕਿਸੇ ਐਕਟਰ ਦੇ ਵਿੱਚ। ਹਾਂ, ਅੱਤ ਕਰਾ ਗਿਆ ਬੰਦਾ ਅੱਤ, ਪੂਰੀ ਫੁੱਲ। ਕਿੰਨੇ 3 ਘੰਟੇ ਦੀ ਫਿਲਮ ਆ, ਮਤਲਬ ਇੰਨਾ ਜ਼ਿਆਦਾ ਐਕਸ਼ਨ ਯਾਰ ਬੋਰ ਹੀ ਨਹੀਂ ਹੋਣ ਦਿੱਤਾ। ਮਤਲਬ ਤੁਹਾਨੂੰ ਲੱਗੂ ਵੀ ਯਾਰ ਇਹ ਤਾਂ ਚੀਜ਼ ਐਂਡ 'ਤੇ ਹੋ ਸਕਦੀ ਹੈ, ਮਤਲਬ ਐਂਡ ਸੋਣੀ ਚਾਹੀਦੀ, ਪਹਿਲਾਂ ਐਂਡ ਸੋਣੀਆਂ ਚਾਹੀਦੀ, ਸਟਾਰਟਿੰਗ ਦੀ ਮਤਲਬ ਉਹ ਚੀਜ਼ ਸਾਰੇ ਸਸਪੈਂਸ ਜਿਹਦੀ ਖੋਲਦਾ ਨਾਲੋਂ ਨਾਲ ਜੋ ਵੀ ਆ, ਹੈ ਨਾ। ਅਤੇ ਆਪਾਂ ਚੱਲ ਹੁਣ ਕਾਹਨੂੰ ਆਪਾਂ ਸਪੋਇਲਰ ਦੇਣਾ ਤੁਹਾਨੂੰ ਜਿਹਨੇ ਨਹੀਂ ਦੇਖੀ, ਲੇਕਿਨ ਦੇਖਣੀ ਚਾਹੀਦੀ ਆ। ਬੜਾ ਔਖਾ ਮੂਡ ਬਣਾ ਕੇ ਆਏ ਸੀ ਅਸੀਂ, ਚੱਲ ਯਾਰ ਕਾਫੀ ਟਾਈਮ ਹੋ ਗਿਆ, ਚੱਲ ਦੇਖ ਲੈਂਦੇ ਹਾਂ, ਹੈ ਨਾ। ਨਹੀਂ ਤਾਂ ਮਜ਼ਾ ਆ, ਆਪਾਂ ਨਹੀਂ ਪੈਸੇ ਪੂਸੇ ਵੇਸਟ ਕਰਦੇ, ਲੇਕਿਨ ਵਰਥ ਇਟ ਆ। ਮੇਨ ਗੱਲ ਜਿਹੜੇ ਮੈਸੇਜ, ਜਿਹੜੇ ਟੌਪਿਕ ਫੜੇ ਆ, ਐਡੀ ਇਸ ਟਾਈਮ ਜੋ ਇੰਡੀਆ ਦੀ ਗਵਰਨਮੈਂਟ ਲਾਉਂਦੀ ਪਈ ਆ ਸਭ ਨੂੰ, ਉਹ ਦਲੇਰੀ ਚਾਹੀਦੀ ਆ ਬੋਲਣ ਲਈ। ਉਹ ਹਾਂ, ਪੂਰਾ ਤੈਨ ਕੰਮ ਕੀਤਾ ਹੋਇਆ ਤੇ ਨਾਲੇ ਨੋਟ ਓਨਲੀ ਇੰਡੀਅਨਸ, ਆਲ ਕੈਟਾਗਰੀਜ਼ ਵੀ ਦੀ ਮੂਵੀ ਦੇਖਣ ਆਈ ਹੋਈ ਸੀ ਯਾਰ। ਅਰਬਿਕ ਕੀ ਅਸੀਂ ਕਾਫੀ ਦੇਖਿਆ, ਨੈਸ਼ਨੈਲਿਟੀਜ਼, ਅਨਦਰ ਨੈਸ਼ਨੈਲਿਟੀਜ਼ ਆਪਾਂ ਇੱਥੇ ਸਿਨੇਮੇ ਦੇ ਵਿੱਚ ਮਿਲੀਆਂ ਨੇ, ਅਤੇ ਬਾਕੀ ਇਹਨੂੰ ਲੋਕ ਯਾਰ ਪਸੰਦ ਕਰਦੇ ਆ। ਇਹਨੇ ਆਪਦਾ ਨਾ ਪੈਟਰਨ ਚੇਂਜ ਕਰਤਾ ਜਮਾਂ ਹੀ, ਅਲੱਗ ਹੀ ਲਿਆ ਮੂਵੀ, ਔਰ ਇਹ ਮੂਵੀ ਚਾਹੀਦੀ ਸੀ ਇਹੋ ਜੀ, ਹੈ ਨਾ, ਬੋਲੀਵੁੱਡ ਨੂੰ ਥੋੜ੍ਹਾ ਉੱਤੇ। ਚਲੋ ਵਧੀਆ ਗੱਲ ਆ, ਬਾਈ ਬੋਲੀਵੁੱਡ ਦਾ ਥੱਲੇ ਜਾਣਾ ਵੀ ਜ਼ਰੂਰੀ ਸੀ। ਹਾਂ, ਇਹਨਾਂ ਨੇ ਫਿਲਮਾਂ ਕਾਪੀ ਕੱਢੀ ਜਾਂਦੇ ਸੀਗੇ, ਆਹ ਸਾਲੇ ਫੁੱਦੂ ਗਾਈ ਜਾਂਦੇ ਸੀ ਲੋਕਾਂ ਨੂੰ, ਤਾਂ ਜਾ ਕੇ ਸੈੱਟ ਹੋਏ ਨੇ। ਹੁਣ ਵੱਜ ਗਏ 2 ਰਾਤ ਦੇ, ਅਤੇ ਹੁਣ ਭੁੱਖ ਵੀ ਸਾਨੂੰ ਲੱਗੀ ਜ਼ੋਰਾਂ ਦੀ, ਹੈ ਨਾ, ਅਤੇ ਖਾਣ ਪੀਣ ਵੀ ਅਸੀਂ, ਚੱਲ ਇੱਥੋਂ ਖਾਣ ਪੀਣ ਤਾਂ ਮਿਲ ਜਾਂਦਾ, ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਕੁਛ ਵੀ ਤੁਹਾਨੂੰ ਓਪਨ ਤਾਂ ਮਿਲ ਹੀ ਜਾਣਾ ਕੁਛ ਨਾ ਕੁਛ, ਆਰਡਰ ਵੀ ਕਰ ਸਕਦੇ, ਆਰਡਰ ਵੀ ਕਰ ਸਕਦੇ ਹਾਂ।
ਤੇ ਅੱਜ ਦਾ ਵਲੌਗ ਅਗਰ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਲਿਓ ਜੇ ਅਗਰ ਕੋਈ ਬੰਦਾ ਨਿਊ ਦੇਖ ਰਿਹਾ ਸਾਡਾ ਵਲੌਗ। ਫਿਲਮ ਜ਼ਰੂਰ ਦੇਖਿਆ, ਫਿਲਮ ਜ਼ਰੂਰ ਦੇਖ ਲਿਓ, ਹੈਂ ਘੈਂਟ ਵਾਲੀ ਆ। ਅਤੇ ਮਿਲਦੇ ਹਾਂ ਤੁਹਾਨੂੰ ਫਿਰ, ਖੈਰ ਹੈ ਨਾ, ਜਦੋਂ ਅਸੀਂ ਘਰ ਪਹੁੰਚਾਂਗੇ ਉਦੋਂ। ਲੰਬਾ ਵਲੌਗ ਅੱਜ ਦਾ, ਘੈਂਟ ਪੂਰਾ। ਐਗਜ਼ਿਟ ਮਾਫੀ, ਐਗਜ਼ਿਟ ਨਹੀਂ ਮਿਲ ਰਿਹਾ ਸਾਨੂੰ, ਦੇਖਦੇ ਹਾਂ। ਉਹ ਦੇਖੋ ਨਾ ਉੱਥੇ ਆਲ ਐਗਜ਼ਿਟ ਇਸ, ਆਲ ਐਗਜ਼ਿਟਸ ਇੱਥੇ ਲਿਖਿਆ। ਅਪਰ ਲੈਵਲ ਆਲ ਐਗਜ਼ਿਟ, ਹਾਂ ਅਪਰ ਲੈਵਲ ਚ ਬਾਈ। ਉੱਪਰ ਲੈਵਲ ਕਿੱਥੋਂ ਜਾਣਾ? ਸਵੇਰੇ ਐਗਜ਼ਾਮ ਹੈ, ਇਹਦਾ ਪੜ੍ਹਾਈ ਕਰ ਰਿਹਾ। ਅਤੇ ਆਪਣਾ ਇੱਕ ਮਤਲਬ ਪੈਟਰੋਲ ਸਟੇਸ਼ਨ ਆ ਅਤੇ ਕੈਫਟੇਰੀਆ, ਕਾਇੰਡ ਆਫ ਵਧੀਆ ਚੀਜ਼ ਹੁੰਦੀ ਆ ਉਹਦੇ, ਉਹਦੇ ਆਏ ਹਾਂ ਹੁਣ। ਆਪਾਂ ਦੇਖਦੇ ਹਾਂ ਕੀ ਆਪਾਂ ਨੂੰ ਸਲੈਕਟ ਆਉਂਦਾ, ਕੀ ਪਸੰਦ ਆਉਂਦਾ, ਫਿਰ ਚਿਕਨ ਸ਼ਿਕਨ ਮਟਨ ਜੋ ਵੀ ਹੋਇਆ ਫਿਰ ਆਪਾਂ ਮੰਗਵਾਉਂਦੇ ਹਾਂ, ਬਰਗਰ ਸ਼ਰਗਰ। ਇਹ ਬੰਦਾ ਅੱਜ ਡਿਸਾਈਡ ਕਰੂਗਾ। ਬਰਗਰ ਹੋ ਸਕਦਾ ਆਪਣਾ, ਭੁੱਖ ਲੱਗੀ ਫਿਰ ਹੋਰ ਕੁਛ ਮੰਗਾ ਲਾਂਗੇ। ਨਹੀਂ ਨਹੀਂ ਰਾਜੇਗਾ, ਠੀਕ ਹੈ, ਇਹ ਹੋਈ ਨਾ ਗੱਲ। ਚਲੋ ਜੀ ਫਿਰ ਆਉਂਦਾ ਫਿਰ ਮਾਈਟੀ ਜਿੰਗਲ, ਫਿਰ ਆਪਾਂ ਤੁਹਾਨੂੰ ਫਿਰ ਉਦੋਂ ਮਿਲਦੇ ਹਾਂ। ਘਰੇ ਨਹੀਂ ਜਾਣਾ, ਫਿਰ ਮਿਲਣਾ ਆ, ਅੱਜ ਫਿਰ ਮਿਲਣਾ, ਘਰੇ ਵੀ ਜਾਣਾ। ਚਲ 2 ਵੱਜਦੇ ਆ, ਢਾਈ ਸਵਾ 2 ਹੋ ਗਏ, ਮਿਲਦੇ ਹਾਂ ਫਿਰ। ਲੈ ਵੀ ਮਿੱਤਰੋ, 10 ਮਿੰਟ ਵੇਟ ਕਰਨ ਤੋਂ ਬਾਅਦ ਆ ਗਏ ਆਪਣੇ ਬਰਗਰ ਫ੍ਰਾਈਜ਼ ਤੇ ਬਰਗਰਸ, ਬਰਗਰਸ ਆ ਚਾਹ ਪਈ ਆ, ਚਾਹ ਚਾਹ ਰੋਟੀ ਜੋੜਨ ਦਾ, ਚਾਹ ਵੀ ਮੰਗਾਈ ਫਿਰਦਾ, ਚਾਹ ਤੇ ਕੋਲਡ ਡਰਿੰਕ ਵੀ ਮੰਗਾਈ ਫਿਰਦਾ। ਤੇ ਹੁਣ ਆਪਾਂ ਖਾਂਦੇ ਹਾਂ ਇਹਨੂੰ ਬਿਲਕੁਲ ਵਿਸਤਾਰ ਪੂਰਵਕ ਦੇ ਨਾਲ, ਤਸੱਲੀ ਬਖਸ਼ ਤਰੀਕੇ ਨਾਲ। ਚਲੋ ਜੀ ਮਿਲਦੇ ਹਾਂ ਫਿਰ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ। ਤੁਹਾਨੂੰ ਅਗਰ ਵਧੀਆ ਲੱਗਿਆ ਪਲੀਜ਼ ਡੂ ਲਾਈਕ ਸਬਸਕ੍ਰਾਈਬ ਕਰ ਦਿਓ ਬਾਈ ਜੀ, ਬੜੀ ਮਤਲਬ ਮੁਹੱਬਤ ਵਾਲੀ ਗੱਲ ਆ। ਤੇ ਥੈਂਕ ਯੂ ਸੋ ਮਚ, ਬਾਬਾ ਜਵਾਨ ਮੂਵੀ ਦੇਖ ਕੇ ਆਓ ਜ਼ਰੂਰ, ਘੈਂਟ ਆ ਗੱਲਬਾਤ।